ਅੰਮ੍ਰਿਤਸਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 351ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦੇ ਲਈ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਗੱਤਕਾ ਕੱਪ 2018 ਦਾ ਫਾਈਨਲ ਕਰਵਾਇਆ ਗਿਆ। ਇਸ ਗੱਤਕਾ ਕੱਪ 2018 ਮੁਕਾਬਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਦੈਨਿਕ ਜਾਗਰਣ ਪੰਜਾਬੀ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਮੌਜੂਦ ਸਨ। ਉਹਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਧਰਮ ਅਤੇ ਆਪਣੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਜਿਹੜਾ ਪੰਜਾਬੀ ਜਾਗਰਣ ਹੈ, ਇਹ ਦੈਨਿਕ ਜਾਗਰਣ ਦਾ ਅਖਬਾਰ ਹੈ ਜਿਹੜਾ ਪੰਜਾਬੀ ਵਿੱਚ ਹੈ, ਔਰ ਦੈਨਿਕ ਜਾਗਰਣ ਜਿਵੇਂ ਕਿ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਹੈ। ਅਤੇ ਜਿਹੜਾ ਯੂਨੈਸਕੋ ਹੈ, ਯੂਨੈਸਕੋ ਨੇ ਕਿਹਾ ਸੀਗਾ ਕਿ ਜਿਹੜੀ ਗੱਤਕਾ ਵਾ ਉਹ ਜਿਹੜੀ ਲੁਪਤ ਹੋ ਰਹੀ ਖੇਡ ਹੈ, ਅਤੇ ਜਿਹੜਾ ਜਾਗਰਣ ਗਰੁੱਪ ਨੇ ਇੱਕ ਫੈਸਲਾ ਕੀਤਾ ਕਿ ਇਸ ਜਿਹੜੀ ਹੈ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਗੇਮ ਆ, ਜਿਹੜੀ ਮੀਰੀ ਪੀਰੀ ਦੇ ਪਾਤਸ਼ਾਹ ਨੇ ਸਾਨੂੰ ਗੇਮ ਦਿੱਤੀ ਹੈ, ਖੇਡ ਦਿੱਤੀ ਹੈ, ਜਿਹੜੀ ਸੈਲਫ ਡਿਫੈਂਸ ਵਾਲੀ ਗੇਮ ਹੈ, ਉਹ ਲੁਪਤ ਕਿੱਦਾਂ ਹੋ ਸਕਦੀ ਹੈ? ਅਤੇ ਜਾਗਰਣ ਗਰੁੱਪ ਨੇ ਇੱਕ ਫੈਸਲਾ ਕੀਤਾ ਕਿ ਇਹਨੂੰ ਅਸੀਂ ਓਲੰਪਿਕਸ ਤੱਕ ਲੈ ਕੇ ਜਾਵਾਂਗੇ। ਉਹ ਜਿਹੜਾ ਵਿਰਸਾ ਸੰਭਾਲ ਜਿਹੜਾ ਗੱਤਕਾ ਕੱਪ ਹੈ, ਇਹ ਦੂਸਰਾ ਹੈਗਾ, ਪਿਛਲੇ ਸਾਲ ਵੀ ਅਸੀਂ ਕਰਵਾਇਆ ਸੀਗਾ। ਇਹ ਜਿਹੜੀਆਂ ਜ਼ਿਲ੍ਹਾ ਪੱਧਰ 'ਤੇ ਜਿਹੜੀਆਂ ਪਹਿਲਾਂ ਮੁਕਾਬਲੇ ਹੁੰਦੇ ਨੇ ਉਹਨਾਂ 'ਚੋਂ ਜਿਹੜੀਆਂ ਟੀਮਾਂ ਜਿੱਤ ਕੇ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਅੱਜ ਆ ਉਹ ਸਟੇਟ ਲੈਵਲ 'ਤੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਮੁਕਾਬਲਾ ਕਰਵਾਇਆ ਗਿਆ। ਜਿਹੜੀਆਂ ਫਸਟ, ਸੈਕਿੰਡ, ਥਰਡ ਜਿਹੜੀਆਂ ਟੀਮਾਂ ਹੋਣਗੀਆਂ ਉਹਨਾਂ ਨੂੰ ਜਾਗਰਣ ਗਰੁੱਪ ਵੱਲੋਂ ਜਿਹੜੇ ਆ ਕੈਸ਼ ਅਵਾਰਡ ਦਿੱਤੇ ਜਾਣਗੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।